ਕੁੜੀ ਦੀ ਫੇਕ ਆਈਡੀ ਬਣਾ ਕੇ ਫੈਲਾਇਆ ਜਾਲ। ਸਰਕਾਰੀ ਹਸਪਤਾਲ 'ਚ ਵੜ ਕੇ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ। 5 ਤੋਂ 6 ਨੌਜਵਾਨਾਂ ਨੇ ਸ਼ਖਸ 'ਤੇ ਕੀਤਾ ਹਮਲਾ। ਦੇਖੋ ਬਦਮਾਸ਼ਾਂ ਦੇ ਬੁਲੰਦ ਹੌਂਸਲੇ। ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸ਼ਖਸ ਨੂੰ ਪਹਿਲਾਂ ਇੱਕ ਫੇਕ ਆਈਡੀ ਦੇ ਰਾਹੀਂ ਉਸਨੂੰ ਮੈਸੇਜ ਆਉਂਦਾ ਹੈ ਔਰ ਉਹ ਫੇਕ ਆਈਡੀ ਇੱਕ ਕੁੜੀ ਦੇ ਨਾਮ ਤੋਂ ਹੁੰਦੀ ਹੈ, ਜਿਸ ਵਿੱਚ ਉਹ ਸ਼ਖਸ ਨੂੰ ਮਿਲਣ ਲਈ ਸਿਵਲ ਹਸਪਤਾਲ 'ਚ ਬੁਲਾਉਂਦੀ ਹੈ ਅਤੇ ਦੱਸਦੀ ਹੈ ਕਿ ਮੈਂ ਉੱਥੇ ਬਤੌਰ ਨਰਸ ਵਜੋਂ ਕੰਮ ਕਰ ਰਹੀ ਹਾਂ। ਅਤੇ ਸ਼ਾਮ ਨੂੰ ਜਦ ਉਹ ਕੁੜੀ ਨੂੰ ਮਿਲਣ ਲਈ ਉੱਥੇ ਪਹੁੰਚਦਾ ਹੈ ਤਾਂ ਉੱਥੇ ਕੁਛ 5 ਤੋਂ 6 ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਰੋਡ ਸਮੇਤ ਕਈ ਤੇਜ਼ਦਾਰ ਹਥਿਆਰ ਸੀ, ਜਿਸ ਨਾਲ ਕਿ ਉਹ ਨੌਜਵਾਨ 'ਤੇ ਹਮਲਾ ਕਰਦੇ ਨੇ। ਹਾਲਾਂਕਿ ਮਾਮਲਾ ਪੁਰਾਣੀ ਰੰਜਿਸ਼ ਦਾ ਵੀ ਦੱਸਿਆ ਜਾ ਰਿਹਾ, ਪਰ ਕਹਿ ਸਕਦੇ ਹਾਂ ਕਿ ਫੇਕ ਆਈਡੀ ਦੀ ਮਦਦ ਦੇ ਨਾਲ, ਇੱਕ ਕੁੜੀ ਦੀ ਫੇਕ ਆਈਡੀ ਦੀ ਮਦਦ ਦੇ ਨਾਲ ਪਹਿਲਾਂ ਹਮਲਾਵਰਾਂ ਦੇ ਵੱਲੋਂ ਇੱਕ ਜਾਲ ਵਿਛਾਇਆ ਜਾਂਦਾ ਹੈ ਅਤੇ ਫਿਰ ਉਸ ਨੌਜਵਾਨ ਨੂੰ ਹਸਪਤਾਲ ਵਿਖੇ ਬੁਲਾਇਆ ਜਾਂਦਾ ਹੈ, ਜਿੱਥੇ ਕਿ ਉਸ 'ਤੇ ਉਹ ਹਮਲਾ ਕਰਦੇ ਨੇ। ਹਾਲਾਂਕਿ ਹਮਲਾ ਕਰਨ ਤੋਂ ਬਾਅਦ ਜਦ ਉਸ ਸ਼ਖਸ 'ਤੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਉਸਨੂੰ, ਤਾਂ ਉਹ ਆਪਣੇ ਸਕੇ ਸੰਬੰਧੀਆਂ ਨੂੰ, ਦੋਸਤਾਂ ਨੂੰ ਉੱਥੇ ਬੁਲਾਉਂਦਾ ਅਤੇ ਫਿਰ ਉਸਦੇ ਦੋਸਤ ਉਹਨੂੰ ਹਸਪਤਾਲ 'ਚ ਦਾਖਲ ਕਰਾਉਂਦੇ ਨੇ। ਹਾਲਾਂਕਿ ਜਦ ਉਹ ਦਾਖਲ ਹੁੰਦਾ, ਉਸਦਾ ਇਲਾਜ ਚੱਲ ਰਿਹਾ ਹੁੰਦਾ, ਫਿਰ ਉਹੀ ਹਮਲਾਵਰ ਜੋ ਕਿ 5 ਤੋਂ 6 ਦੀ ਗਿਣਤੀ ਵਿੱਚ ਸੀ, ਤਾਂ ਉਹ ਫਿਰ ਆਪਣੇ ਹਥਿਆਰਾਂ ਦੇ ਨਾਲ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਪਹੁੰਚਦੇ ਨੇ ਅਤੇ ਉਸੇ ਸ਼ਖਸ 'ਤੇ ਦੁਬਾਰਾ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਉਸਦੇ ਨਾਲ ਜੋ ਉਸਦੇ ਦੋਸਤ ਆਏ ਸੀ ਉਹਨਾਂ 'ਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਉਸ ਸ਼ਖਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਨੇ, ਲੱਤਾਂ 'ਤੇ ਬਾਹਾਂ 'ਤੇ ਵੀ ਸੱਟਾਂ ਲੱਗੀਆਂ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਬੁਲੰਦ ਹੌਂਸਲਿਆਂ ਦੇ ਨਾਲ ਬਦਮਾਸ਼ਾਂ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਦੀ ਭੰਨ ਤੋੜ ਕੀਤੀ ਹੈ ਅਤੇ ਐਮਰਜੈਂਸੀ ਵਾਰਡ ਦੇ ਵਿੱਚ ਜਾ ਕੇ ਹਮਲਾ ਕੀਤਾ ਇੱਕ ਸ਼ਖਸ 'ਤੇ। ਹਾਲਾਂਕਿ ਹਸਪਤਾਲ ਤੋਂ ਮਹਿਲਾ ਡਾਕਟਰ ਦਾ ਜੋ ਬਿਆਨ ਸਾਹਮਣੇ ਆਇਆ, ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਤਾਂ ਉਸ ਵਕਤ ਕੋਈ ਮਹਿਲਾ ਡਾਕਟਰ ਹੁੰਦੀ ਤਾਂ ਉਸ ਲਈ ਇਸ ਸਥਿਤੀ ਨੂੰ ਸੰਭਾਲਣਾ ਵੀ ਔਖਾ ਹੋ ਜਾਣਾ ਸੀ ਅਤੇ ਇੱਕ ਪਾਸੇ ਪਹਿਲਾਂ ਹੀ ਡਾਕਟਰ ਹੜਤਾਲ 'ਤੇ ਨੇ ਅਤੇ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜੋ ਕਿ ਸੁਰੱਖਿਆ ਦੇ ਘੇਰੇ ਨੂੰ ਹੋਰ ਕਹਿ ਸਕਦੇ ਹਾਂ ਕਿ ਸਵਾਲ 'ਤੇ ਨਿਸ਼ਾਨ ਖੜ੍ਹੇ ਕਰਦਾ ਹੋਇਆ ਵਿਖਾਈ ਦਿੰਦਾ। ਅਤੇ ਫਿਲਹਾਲ CCTV ਤਸਵੀਰਾਂ ਜੋ ਨੇ ਉਹ ਵੀ ਵਾਰਡ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ 5 ਤੋਂ 6 ਜੋ ਹਮਲਾਵਰ ਨੇ ਉਹ ਹਸਪਤਾਲ 'ਚ ਦਾਖਲ ਹੁੰਦੇ ਨੇ ਔਰ ਐਮਰਜੈਂਸੀ ਵਾਰਡ ਦੇ ਵਿੱਚ ਜਾ ਕੇ ਉਕਤ ਸ਼ਖਸ 'ਤੇ ਹਮਲਾ ਕਰ ਦਿੰਦੇ ਨੇ ਔਰ ਫਿਰ ਉਹਨਾਂ ਦੇ ਵੱਲੋਂ ਜੋ ਹੈ ਭੰਨ ਤੋੜ ਵੀ ਕੀਤੀ ਜਾਂਦੀ ਹੈ। ਪੁਲਿਸ ਦੇ ਵੱਲੋਂ CCTV ਤਸਵੀਰਾਂ ਜੋ ਨੇ ਖੰਗਾਲੀਆਂ ਜਾ ਰਹੀਆਂ ਨੇ, ਉਕਤ ਹਮਲਾਵਰਾਂ ਦੀ ਜੋ ਪਛਾਣ ਹੈ ਉਹ ਕੀਤੀ ਜਾ ਰਹੀ ਹੈ ਕਿ ਤਾਂ ਜੋ ਇਹਨਾਂ 'ਤੇ ਜਲਦ ਤੋਂ ਜਲਦ ਕਾਰਵਾਈ ਹੋ ਸਕੇ। ਤਾਂ ਫਿਲਹਾਲ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਹਮਲਾਵਰਾਂ ਨੇ ਬੁਲੰਦ ਹੌਂਸਲਿਆਂ ਦੇ ਨਾਲ ਕਹਿ ਸਕਦੇ ਹਾਂ ਕਿ ਇੱਕ ਸ਼ਖਸ 'ਤੇ ਹਮਲਾ ਕੀਤਾ ਹੈ ਅਤੇ ਉਸਨੂੰ ਗੰਭੀਰ ਸੱਟਾਂ ਮਾਰੀਆਂ ਨੇ। ਸਰ, ਬਹੁਤ ਹੀ ਭਿਆਨਕ ਦ੍ਰਿਸ਼ ਸੀ ਜਿਹੜੇ ਉੱਥੇ ਕੱਲ੍ਹ ਹੋਈ ਹੈ ਪ੍ਰੋਬਲਮ। ਇੱਕ ਪੇਸ਼ੈਂਟ ਆਪਣੇ ਇਲਾਜ ਲਈ ਆ ਰਿਹਾ ਅਤੇ ਉਹਨੂੰ 5 ਬੰਦੇ ਅੰਦਰ ਆ ਕੇ ਕਿਰਪਾਨਾਂ ਦੇ ਨਾਲ, ਦਾਹ ਦੇ ਨਾਲ ਅਤੇ ਰਾੜਾਂ ਦੇ ਨਾਲ ਆ ਕੇ ਉਹਨੂੰ ਕੁੱਟਦੇ ਪਏ ਨੇ। ਜਿਹੜੇ ਮਰੀਜ਼ ਲਾਗੇ ਹੈਗੇ ਨੇ ਉਹਨਾਂ 'ਤੇ ਵੀ ਸੱਟਾਂ ਵੱਜ ਰਹੀਆਂ ਨੇ, ਜੇ ਉਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ 'ਚ ਵੀ ਸੱਟਾਂ ਵੱਜ ਰਹੀਆਂ ਨੇ। ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਲੋਕ ਆਪਣੀ ਜਾਨ ਬਚਾ ਕੇ ਜਿਵੇਂ ਭੱਜਦੇ ਹੁੰਦੇ ਨੇ, ਉਹ ਵੀਡੀਓ ਕੈਮਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲੋਕ ਭੱਜਦੇ ਪਏ ਨੇ। ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਸੀਗਾ, ਸਾਡਾ ਸਟਾਫ ਸੀ, ਸਟੂਡੈਂਟ ਸੀਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਣਾ ਕੰਮ ਸਿੱਖਣ ਆਏ ਨੇ ਇੱਥੇ,
ਉਹ ਵੀ ਦਹਿਸ਼ਤ ਦੇ ਵਿੱਚ ਸੀ, ਕਮਰੇ ਦੇ ਵਿੱਚ ਬੰਦ ਹੋ ਗਏ। ਸਾਨੂੰ ਉੱਪਰੋਂ ਇਨਫੈਕਟ ਉਹਨਾਂ ਦੇ ਕੰਨੀ ਇਹ ਵੀ ਆਇਆ ਕਿ ਸਰ ਅਸੀਂ ਨਹੀਂ ਕੰਮ ਕਰ ਸਕਦੇ, ਐਮਰਜੈਂਸੀ ਬੰਦ ਕੀਤੀ ਜਾਵੇ। ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਨਾਲ ਅਸੀਂ ਐਮਰਜੈਂਸੀ ਸਵੇਰ ਤੱਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਦ੍ਰਿਸ਼ ਬਸ ਅਜਿਹਾ ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੁਰੱਖਿਆ ਦੀ ਘਾਟ ਹੈ, ਪੁਲਿਸ ਕਰਮੀਆਂ ਦੀ ਸਿਕਿਉਰਟੀ ਗਾਰਡ ਦੀ ਰਾਤ ਨੂੰ ਡਿਊਟੀ ਹੋਣੀ ਚਾਹੀਦੀ ਹੈ। 100% ਜੀ, ਇਹੀ ਮੁੱਦਾ ਅਸੀਂ ਕਈ ਦਿਨਾਂ ਤੋਂ ਚੱਕ ਰਹੇ ਹਾਂ, ਜਿਸ ਕਰਕੇ ਹੜਤਾਲ ਵੀ ਕਰ ਰਹੇ ਹਾਂ। ਜਿਹੜੀ 8 to 11 ਦੀ ਸਾਡੀ ਹੜਤਾਲ ਚੱਲ ਰਹੀ ਹੈ, ਉਹਦਾ ਮੇਨ ਮੁੱਦਾ ਹੀ ਇਹੀ ਹੈ ਸਿਕਿਉਰਟੀ ਨੂੰ ਲੈ ਕੇ। ਪਰ ਕਲਕੱਤਾ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਾਂਡ ਹੋ ਰਿਹਾ ਹੈ, ਅਤੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਬੰਦਾ ਬਿਨਾਂ ਡਰ ਤੋਂ ਅੰਦਰ ਆ ਕੇ ਇਹ ਵਾਰਦਾਤ ਕਰਦਾ, ਔਰ ਇੱਕ ਵਾਰ ਨਹੀਂ, ਉਹ ਬੰਦਿਆਂ ਨੇ ਘੱਟੋ ਘੱਟ 3 to 4 ਹਸਪਤਾਲ ਦੇ ਵਿੱਚ ਵੜੇ ਨੇ। ਉਹਨਾਂ ਨੇ ਇੱਥੇ ਆਏ ਨੇ ਅੰਦਰ, ਉਹਨਾਂ ਨੇ ਇੱਥੋਂ ਸੂਝਬੂਝ ਵੀ ਲਿੱਤੀ ਕਿ ਕਿੱਥੇ ਕੌਣ ਹੈ, ਕੀ ਕਰ ਰਹੇ ਨੇ। ਉਸ ਤੋਂ ਬਾਅਦ ਕਾਲ ਕਰਕੇ ਬੁਲਾਇਆ, ਉਸ ਤੋਂ ਬਾਅਦ 2 ਅੰਦਰ ਆਏ, 2 ਆ ਕੇ ਮੁੰਡੇ ਨੂੰ ਖਿੱਚ ਕੇ ਕੁੱਟਿਆ। ਉਸ ਤੋਂ ਬਾਅਦ ਫਿਰ ਬਾਅਦ 'ਚੋਂ ਇੱਥੇ ਆਏ ਜਦੋਂ PCR ਵੀ ਸੀ, ਉਸ ਤੋਂ ਬਾਅਦ ਫਿਰ ਇੱਥੇ ਆ ਕੇ ਉਹਨਾਂ ਦਾ ਬੰਦਾ ਬੈਠਾ। ਮਤਲਬ ਕਿ ਉਹਨਾਂ ਦੀ ਹਿੰਮਤ ਦੀ ਦਾਅ ਦੇਣੀ ਪਏਗੀ ਕਿ ਉਹ ਕਿਸ ਲੈਵਲ ਤੱਕ ਆਪਣਾ ਪੰਜਾਬ ਮੂਵ ਕਰ ਰਿਹਾ, ਸਾਨੂੰ ਖੁਦ ਨਹੀਂ ਸਮਝ ਆ ਰਿਹਾ। ਫੜਿਆ ਗਿਆ ਉਹਨਾਂ ਦਾ ਕੋਈ ਟਰੇਸ ਹੋਇਆ? ਐਜ਼ ਪਰ ਸਾਡੀ ਨੌਲੇਜ ਜੀ, 2 ਬੰਦੇ ਉਹਨਾਂ ਦੇ ਫੜੇ ਗਏ ਨੇ, ਅਤੇ ਇੱਕ ਬੰਦਾ ਤਾਂ 100% ਹੈ ਜੋ ਸਾਨੂੰ ਪਤਾ ਚੱਲਿਆ ਸੀ ਬਾਹਰ 12:30-1 ਦੇ ਕਰੀਬ ਉਹ ਬਾਹਰ ਆ ਕੇ ਬਹਿ ਗਿਆ, ਅਤੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਸੇਜ ਕਰ ਰਿਹਾ ਸੀ ਕਿ ਅੰਦਰ ਕੀ ਗਤੀਵਿਧੀ ਚੱਲ ਰਹੀ ਹੈ। ਅਤੇ ਕੁਝ ਪੇਸ਼ੈਂਟਸ ਨੇ ਪਹਿਚਾਣ ਲਿਆ, ਅਤੇ ਫਿਰ ਪੁਲਿਸ ਨੇ ਉਹਨੂੰ ਘਿਰਾਓ ਕਰਕੇ ਉਹਨੂੰ ਗ੍ਰਿਫਤਾਰ ਕੀਤਾ। ਅਤੇ ਉਸ ਤੋਂ ਸਾਨੂੰ ਪਤਾ ਚੱਲਿਆ ਸੀ ਸ਼ਾਇਦ ਇੱਕ ਬੰਦਾ ਹੋਰ ਗ੍ਰਿਫਤਾਰ ਕਰ ਚੁੱਕੇ ਨੇ। ਮੈਂ ਸਰਕਾਰੀ ਹਸਪਤਾਲ ਉਹਦੇ ਵਿੱਚ ਪਿਆ ਰਜਿੰਦਰਾ 'ਚ, ਅਤੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ, ਮੇਰੇ ਸਿਰ 'ਚ ਟਾਂਕੇ ਲੱਗੇ ਆ, ਅਤੇ ਆ ਬਾਹਾਂ 'ਤੇ ਨੇ, ਕੂਹਣੀਆਂ 'ਤੇ, ਲੱਤਾਂ 'ਤੇ ਸਾਰੇ ਟਾਂਕੇ ਲੱਗੇ ਹੈਗੇ, ਅਤੇ ਅਣਪਛਾਤੇ ਬੰਦਿਆਂ ਵੱਲੋਂ ਵਾਰਦਾਤ ਕੀਤੀ ਗਈ ਹੈ। ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਹੈ ਕੀ ਨਾ ਹੈ, ਅਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ, ਇਹ ਪਿੰਡੋਂ ਬੁਲਾ ਕੇ ਮੰਨ ਕੇ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ, ਅਤੇ ਉਸ ਤੋਂ ਬਾਅਦ ਕੁੱਟਮਾਰ ਇਹ ਬੰਦੇ ਨਾਲ ਕੀਤੀ ਗਈ, ਅਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉੱਧਰੋਂ ਦਾਖਲ ਕਰਵਾ ਤਾ ਉਰੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ, ਅਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ, ਅਤੇ ਅਸੀਂ ਪਿੰਡੋਂ ਆ ਗਏ ਉਰੇ। ਪਿੰਡੋਂ ਆਏ ਹੋਏ ਸਾਨੂੰ ਐਂ ਸੀਗਾ ਵੀ ਚੱਲ ਕੋਈ ਨਹੀਂ, ਕੁੱਟਮਾਰ ਹੋ ਗਈ ਵੀ ਚੱਲ ਜੋ ਵੀ ਹੋਊਗਾ ਵੀ ਚੱਲ ਆਪਾਂ ਜਾ ਕੇ ਦੇਖ ਲਾਂਗੇ, ਐਡਮਿਟ ਕਰਕੇ ਉਹਨੂੰ ਮੱਲਮ ਪੱਟੀ ਕਰਾ ਕੇ ਵਾਪਸ ਆ ਜਾਵਾਂਗੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਥੋੜ੍ਹੇ ਟਾਈਮ ਬਾਅਦ 11:15 ਇਲਾਜ ਕਰਵਾਉਣ ਵਾਸਤੇ, ਹਾਂ ਜੀ, ਇਹਨਾਂ ਦਾ ਇਲਾਜ ਕਰਵਾਉਣ ਵਾਸਤੇ ਆਇਆ ਸੀ ਮੈਂ, ਅਤੇ 11:15 ਦੇ ਕਰੀਬ ਉਹ ਦੁਬਾਰੇ ਫਿਰ ਆਏ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟਮਾਰ ਕੀਤੀ। ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ, ਅਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ, ਮੇਰੇ ਦਾਹ ਮਾਰੇ ਉੱਪਰ ਸਿਰ 'ਤੇ, ਤਿੱਖੇ ਤਿੱਖੇ ਹਥਿਆਰ ਸੀ ਉਹਨਾਂ ਕੋਲ, ਰਾੜਾਂ ਸੀਆਂ। ਕੀ ਨਾਮ ਹੈ ਜੀ ਆਪਣਾ? ਮਨਪ੍ਰੀਤ ਸਿੰਘ ਜੀ। ਮਨਪ੍ਰੀਤ ਜੀ, ਕੀ ਸੱਟਾਂ ਵੱਜੇ ਨੇ ਆਪਣੇ ਅਤੇ ਕਿੱਥੋਂ ਆਏ ਤੁਸੀਂ? ਮੇਰਾ ਪਿੰਡ ਮੇਨਸ ਆ ਜੀ, ਮੈਨੂੰ ਮੈਸੇਜ ਕਰਕੇ ਸੱਦੇ ਗਏ ਵੀ ਲੜਕੀ ਦੀ ਸੀ, ਵੀ ਲੜਕੇ ਸੀ ਉੱਥੇ ਬੁਲਾਇਆ ਗਿਆ। ਜਦੋਂ ਪਹੁੰਚਿਆ ਉੱਥੇ ਲੜਕੇ ਸੀ, ਅਤੇ ਲੜਕੇ ਨੇ ਮੈਨੂੰ ਰੜ ਮਾਰ ਕੇ ਰੀਜ ਕੀਤਾ ਜੀ, ਠੀਕ ਹੈ। ਉਦੋਂ ਬਾਅਦ ਮੈਂ ਹਸਪਤਾਲ 'ਚ ਆ ਗਿਆ ਜੀ, ਉਦੋਂ ਬਾਅਦ ਟੈਂਕੇ ਟੁੱਕੇ ਲੱਗੇ, ਮੈਂ ਫਰੈਂਡ ਨੂੰ ਬੜਾ ਫੋਨ ਕੀਤਾ ਜੀ, ਉਹ ਆ ਗਏ, ਅਤੇ ਫਿਰ ਆ ਕੇ ਜੀ ਇਹਨੇ ਮੈਨੂੰ ਦਵਾਈ ਦਵੂਈ ਦਵਾਉਣ ਲੱਗੇ ਜੀ, ਉੱਧਰ ਜਦੀ ਆ ਗਏ ਦੁਬਾਰੇ ਰੜ ਵਜਾ ਕੇ ਜੀ। ਉਦੋਂ ਬਾਅਦ ਕੁੱਟ ਮਾਰ ਕੇ ਜੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ, ਅਸੀਂ ਸਿਰ ਭੰਨ ਗਏ ਜੀ। ਉਦੋਂ ਬਾਅਦ ਸਾਹਮਣੇ ਬੈਠੇ ਹਾਂ ਜੀ। ਤੁਹਾਡੇ ਸੱਟਾਂ ਕਿੱਥੇ ਕਿੱਥੇ ਵੱਜੀਆਂ ਨੇ? ਮੇਰੇ ਸਿਰ 'ਚ ਨਹੀਂ, ਬਾਂਹ ਨੇ, ਲੱਤ 'ਤੇ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ, ਜੋ ਹਸਪਤਾਲ ਦੇ ਵਿੱਚ ਆ ਕੇ ਚੋਰ ਤੁਹਾਨੂੰ ਜੋ ਮਾਰ ਗਏ ਤੁਹਾਨੂੰ, ਜੋ ਗੁੰਡੇ ਅਨਸਰ ਸੀਗੇ, ਸਰਕਾਰੀ ਹਸਪਤਾਲ ਵੀ ਸੇਫ ਨਹੀਂ ਹੈਗਾ? ਸਰਕਾਰੀ ਹਸਪਤਾਲ ਸੇਫਟੀ 'ਚ ਹੋਣਾ ਚਾਹੀਦਾ ਜੀ, ਕਿਉਂਕਿ ਅੱਜ ਸਾਡੇ ਨਾਲ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ ਜੀ। ਇਹਦਾ ਮੰਗ ਕਰਦੇ ਹਾਂ ਵੀ ਸਾਨੂੰ ਇਹਦੇ ਸਹੂਲਤ ਮਿਲਣੀ ਚਾਹੀਦੀ। ਦੱਸੋ ਕੀ ਨਾਮ ਹੈ ਆਪਣਾ?
ਜੀ, ਮੇਰਾ ਨਾਮ ਡਾਕਟਰ ਗੀਤਿਕਾ ਹੈ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨ ਤੋੜ ਹੋਈ ਹੈ, ਲੜਕੀਆਂ ਦਾ ਕੁੱਟਮਾਰ ਹੋਈ ਹੈ, ਡਾਕਟਰ ਸਾਹਿਬਾਨ ਨੇ ਦਾਹ ਫੜਿਆ ਹੈ, ਤਾਂ ਕਿਸ ਤਰ੍ਹਾਂ ਦੇਖਦੇ ਹੋ, ਕਿਵੇਂ ਲੱਗਦੇ ਨੇ ਸਰਕਾਰੀ ਹਸਪਤਾਲ ਵੀ? ਜੀ, ਸਰਕਾਰੀ ਹਸਪਤਾਲ ਜੇ ਵਿੱਚ ਜਿਹੜੇ ਇਹੋ ਜਿਹੇ ਐਲੀਮੈਂਟਸ ਆਉਂਦੇ ਨੇ, ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ। ਜੇ ਕੋਈ ਪੁਲਿਸ ਫੋਰਸ ਹੋਵੇ, ਜੇ ਕੋਈ ਪੁਲਿਸ ਵਾਲੇ ਬਾਹਰ ਖੜ੍ਹੇ ਹੋਣ, ਤਾਂ ਇਹੋ ਜਿਹੇ ਐਲੀਮੈਂਟਸ ਅੰਦਰ ਆਉਣ ਹੀ ਨਾ, ਕਿਉਂਕਿ ਇਹਨਾਂ ਦਾ ਹੋਸਪਿਟਲ ਪ੍ਰੈਮਿਸਿਸ ਵਿੱਚ ਆਉਣ ਦਾ ਕੋਈ ਮਤਲਬ ਹੀ ਨਹੀਂ। ਔਰ ਕਿਉਂਕਿ ਇਹ ਸਭ ਕੁਛ ਬਹੁਤ ਰੈਗੂਲਰਲੀ ਹੋ ਰਿਹਾ ਹੈ, ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜੋ ਲੋਕ ਡਿਊਟੀ ਕਰ ਰਹੇ ਨੇ ਉਹ ਕਿਸ ਹੱਦ ਤੱਕ ਇਨਸਿਕਿਓਰ ਨੇ। ਇਹਦਾ ਡਾਕਟਰ ਸਾਹਿਬ ਨੇ ਮੈਨੂੰ ਨਹੀਂ ਪਤਾ ਕਿਵੇਂ ਮੈਨੇਜ ਕੀਤਾ, ਬਟ ਜੇ ਕਿਸੇ ਫੀਮੇਲ ਡਾਕਟਰ ਦੀ ਇੱਥੇ ਡਿਊਟੀ ਹੁੰਦੀ, ਬਹੁਤ ਜ਼ਿਆਦਾ ਮੁਸ਼ਕਿਲ ਹੋ ਸਕਦੀ ਸੀਗੀ। ਇਸਦੇ ਲਈ ਸਰਕਾਰ ਨੂੰ ਡੈਫੀਨੇਟਲੀ ਕੁਛ ਨਾ ਕੁਛ ਜਲਦੀ ਸੋਚਣਾ ਚਾਹੀਦਾ, ਬਿਕੋਜ਼ ਹਾਲੇ ਤਾਂ ਡਾਕਟਰਸ ਦੀ ਸਟ੍ਰਾਈਕ ਚੱਲ ਰਹੀ ਹੈ, ਤਾਂ ਵੀ ਇਹ ਇੰਸੀਡੈਂਟ ਰੋਜ਼ ਵਾਕਨ ਹੋ ਰਹੇ ਨੇ, ਅਤੇ ਜੇ ਬਾਅਦ 'ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਭੰਨ ਤੋੜ ਜੀ ਹੋਈ ਹੈ, ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕਢਵਾਏ ਨੇ CCTV 'ਚੋਂ, ਅਤੇ ਸਾਫ਼ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸੀਗੇ, ਔਰ ਉਹ ਹਥਿਆਰਬੰਦ ਸੀਗੇ, ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ, ਔਰ ਕਿਉਂ ਹੋਸਪਿਟਲ ਪ੍ਰੈਮਿਸਿਸ 'ਚ ਆਏ, ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ 'ਚ ਆ ਕੇ ਇੰਨੀ ਤੋੜ ਫੋੜ ਕਰ ਰਹੇ ਨੇ, ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ, ਮਰੀਜ਼ਾਂ ਨੂੰ, ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ, ਔਰ ਕਿੰਨੀ ਕੁ ਸਿਕਿਉਰਿਟੀ ਉਰੇ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ। ਸਰ, ਕੀ ਹਾਦਸਾ ਹੋਇਆ ਹੋਸਪਿਟਲ ਦੇ ਵਿੱਚ ਜਿਹੜਾ ਕੱਲ੍ਹ ਹਾਦਸਾ ਹੋਇਆ, ਹਥਿਆਰਬੰਦ ਜਿਹੜੇ ਨੌਜਵਾਨਾਂ ਨੇ ਇੱਥੇ ਹਮਲਾ ਕੀਤਾ? ਇਹ ਨਾ ਜੀ, ਕੱਲ੍ਹ ਇੱਕ ਮਨਪ੍ਰੀਤ ਸਿੰਘ ਹੈ, ਸਰਫ ਰਣਜੀਤ ਸਿੰਘ ਵਾਸੀ ਬੀਮਸਾ, ਇਹਨੂੰ ਕਿਸੇ ਨੇ ਫੇਕ ID ਲੜਕੀ ਦੀ ਬਣਾ ਕੇ ਇਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ੍ਹ ਦੱਸਿਆ ਕਿ ਮੈਂ ਨਰਸਾਂ ਸਿਵਲ ਹਸਪਤਾਲ ਲੱਗੀ ਹੋਈ ਹਾਂ, ਤੂੰ ਇੱਥੇ ਆ ਕੇ ਮੈਨੂੰ ਮਿਲ। ਅਤੇ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅੰਬੇਦਕਰ ਸਾਹਿਬ ਦਾ ਬੁੱਤ ਲੱਗਿਆ, ਉੱਥੇ ਕਾ ਕੇ ਮਿਲਿਆ, ਤਾਂ ਉਸਦੇ ਉੱਪਰ 5-7 ਅਨਨੋਨ ਬੰਦਿਆਂ ਨੇ ਅਟੈਕ ਕਰਤਾ, ਉਹਦੇ ਸਿਰ 'ਚ ਰੌਲਾ ਮਾਰੀਆਂ। ਇਨ ਦਾ ਮੀਨ ਟਾਈਮ ਇਹਨੇ ਆਪਣੇ ਭਰਾ ਅਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ, ਦੋਸਤ ਨੂੰ ਉੱਥੇ ਬੁਲਾਇਆ ਹੈਲਪ ਲਈ, ਉਹ ਐਡਮਿਟ ਕਰਾਇਆ ਉਹਨਾਂ ਨੇ ਇਹਨੂੰ। ਜਦੋਂ ਉਹ ਐਡਮਿਟ ਹੋ ਗਿਆ ਐਮਰਜੈਂਸੀ ਦੇ ਵਿੱਚ, ਫਿਰ ਦੁਬਾਰੇ ਉਹੀ 5-7 ਬੰਦੇ ਨੇ ਆ ਕੇ ਉਹਨਾਂ 'ਤੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ, ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫਿਰ ਸੱਟਾਂ ਲੱਗੀਆਂ, ਅਤੇ ਕੁਲਵਿੰਦਰ ਸਿੰਘ ਜ਼ਿਆਦਾ ਸੀਰੀਅਸ ਸੀ, ਉਹਨੂੰ ਰੈਫਰ ਕਰਤਾ ਰਜਿੰਦਰਾ ਹਸਪਤਾਲ। ਮਨਪ੍ਰੀਤ ਦੇ ਬਿਆਨ 'ਤੇ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ਼, 5-7 ਅਨਨੋਨ ਬੰਦੇ ਜਿਹੜੇ ਉਹਨਾਂ ਦੱਸਿਆ ਸੀਗਾ, ਉਹਨਾਂ ਦੇ ਖਿਲਾਫ਼ 307 ਮੁਕੱਦਮਾ, ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109, 191, 3, 190 BNS ਦੇ ਵਿੱਚ ਮੁਕੱਦਮਾ ਦਰਜ ਕਰਤਾ ਜੀ ਰਾਤ ਹੀ, FIR ਨੰਬਰ 204 ਸਿਟੀ ਸੰਗਰੂਰ। ਸਾਡੇ SHO ਇੰਸਪੈਕਟਰ ਮਨਪ੍ਰੀਤ ਸਿੰਘ ਨੇ, ਸਾਡੇ SSP ਸਾਹਿਬ ਸ਼੍ਰੀ ਸਰਤਾਜ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੀ ਇਹ ਸਾਇੰਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ, ਇਹ ਜੋ ਬਲਾਈਂਡ ਇੱਕ ਅਟੈਕ ਸੀਗਾ, ਜੋ ਅਨਨੋਨ ਬੰਦੇ ਸੀਗੇ ਸਾਰੇ, ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਮਨਪ੍ਰੀਤ ਸਿੰਘ SHO ਨੇ ਟਰੇਸ ਕੀਤੇ, ਔਰ ਜਿਹਨਾਂ ਦਾ ਨਾਂ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ, ਆਕਾਸ਼ਦੀਪ, ਸਤਨਾਮ, ਅਮਨਜੋਤ, ਕੁਲਦੀਪ, ਲਵਪ੍ਰੀਤ ਔਰ ਕਮਲਦੀਪ ਸਿੰਘ, ਜੋ ਇਹਨਾਂ ਨੇ ਕੋਈ ਪੁਰਾਣੀ ਰਜਿਸਟਰ ਦੇ ਤਹਿਤ ਇਹ ਸਾਰਾ ਪਲੈਨ ਕਰਕੇ, ਸਾਜਿਸ਼ ਕਰਕੇ ਇਹ ਬੰਦਿਆਂ 'ਤੇ ਅਟੈਕ ਕੀਤਾ, ਔਰ ਜਿਹੜਾ ਇਹਨਾਂ ਨੇ ਲੋਅ ਐਂਡ ਆਰਡਰ ਬ੍ਰੇਕ ਕੀਤਾ, ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ। ਵਿਦਿਨ ਅ ਡੇ ਔਰ ਟੂ ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਬਹਿਣ ਦਾ ਬਾਅਦ ਸੋ। ਕਿੰਨੇ ਬੰਦੇ ਫੜੇ ਗਏ? ਸਾਡੀਆਂ ਟੀਮਾਂ ਗਈਆਂ ਹੋਈਆਂ ਨੇ ਜੀ, ਹਜੇ ਸਾਰੇ ਅਸੀਂ ਕਰ ਰਹੇ ਹਾਂ ਜੀ, ਸਾਰਾ ਵੀ ਵਿਲ ਗੈਟ ਇਟ ਡਨ। ਸਰ, ਅਟੈਕ ਹੋਸਪਿਟਲ ਦੀ ਐਮਰਜੈਂਸੀ ਦੇ ਵਿੱਚ ਹੋਇਆ, ਤਾਂ ਉੱਥੇ ਪੁਲਿਸ ਟੀਮ ਜਾਂ ਕੋਈ ਸੁਰੱਖਿਆ ਕਰਮੀ ਜਾਂ ਕੋਈ ਨਾ ਕੋਈ ਸਿਕਿਉਰਿਟੀ ਦੇ ਲਈ ਹੁੰਦੇ ਨੇ ਪਹਿਲਾਂ? ਵੈਸੇ ਕੋਈ ਡਿਊਟੀ ਹੁੰਦੀ ਹੈ ਜਾਂ ਨਹੀਂ? ਸਾਡਾ ਵੈਸੇ PCR ਕਵਰ ਕਰਦਾ ਜੀ, ਅਤੇ ਤੁਸੀਂ ਦੇਖੋ ਰਾਤ 11:20 'ਤੇ ਅਟੈਕ ਹੋਇਆ, ਔਰ 11:25 ਜਾਂ 11:25 ਸਾਡੇ SHO ਸਾਹਿਬ ਉੱਥੇ ਆਪਣੀ ਟੀਮ ਨਾਲ ਪਹੁੰਚ ਗਏ ਸੀਗੇ, PCR ਵੀ ਉੱਥੇ ਪਹੁੰਚ ਗਿਆ ਸੀਗਾ।